ਸਤਿ ਸ਼੍ਰੀ ਅਕਾਲ ਜੀ, ਬਾਜ ਟੀ ਵੀ ਵੇਖ ਰਹੇ ਹੋ ਤੁਸੀਂ। ਮੈਂ ਹਾਂ ਵਿਸ਼ਾਲ ਕੁਮਾਰ। ਸਾਡੇ ਪੰਜਾਬ ਦੇ ਸ਼ੌਂਕ ਹਮੇਸ਼ਾ ਹੀ ਦੁਨੀਆ ਨਾਲੋਂ ਵੱਖਰੇ ਹੁੰਦੇ ਨੇ ਅਤੇ ਪੰਜਾਬੀ ਆਪਣੇ ਸ਼ੌਂਕਾਂ ਕਰਕੇ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ। ਅੱਜ ਤੁਹਾਨੂੰ ਉਸ ਨੌਜਵਾਨਾਂ ਨਾਲ ਮਿਲਾਉਣ ਜਾ ਰਹੇ ਹਾਂ ਜੋ ਬੁਲਟ ਦੇ ਉੱਤੇ ਸਟੰਟ ਕਰਦੇ ਨੇ। ਸਭ ਤੋਂ ਵੱਡੀ ਗੱਲ, ਉਹ ਦੋਵੇਂ ਭਰਾ ਨੇ ਅਤੇ ਗੁਰਸਿੱਖ ਨੇ, ਬਾਣੀ ਨਾਲ ਜੁੜੇ ਨੇ, ਸਿੱਖੀ ਬਾਣੀ ਨਾਲ ਜੁੜੇ ਹੋਏ ਨੇ। ਆਓ ਗੱਲਬਾਤ ਕਰਦੇ ਹਾਂ ਕਿਵੇਂ ਸ਼ੌਂਕ ਪਿਆ। ਵੀਰ ਜੀ ਸਤਿ ਸ਼੍ਰੀ ਅਕਾਲ ਅਤੇ ਬਾਜ ਟੀ ਵੀ 'ਤੇ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਅਤੇ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਕੋਲ ਵੀਰ ਜੀ ਹੁਣੀ ਆਏ ਨੇ ਬਾਜ ਟੀ ਵੀ ਦੇ ਜ਼ਰੀਏ। ਅਸੀਂ ਤੁਹਾਡੇ ਨਾਲ ਰੂਬਰੂ ਹੋਣ ਜਾ ਰਹੇ ਹਾਂ ਅਤੇ ਜਿਹੜੇ ਬੁਲਟ ਸਟੰਟਾਂ ਦੀ ਜਿੰਨੇ ਵੀ ਸ਼ੁਰੂਆਤ ਕੀਤੀ ਆ ਜਾਂ ਸਾਡੀ ਜ਼ਿੰਦਗੀ 'ਚ ਵਿਚਰਦਿਆਂ ਜੋ ਕੁਝ ਵੀ ਸਾਡੇ ਨਾਲ ਕਿੱਥੇ ਹਾਦਸੇ ਹੋਏ ਨੇ, ਕਿਵੇਂ ਕਿਵੇਂ ਦੇ ਲੋਕ ਮਿਲੇ ਨੇ, ਉਹਨਾਂ ਸਟੰਟਾਂ ਬਾਰੇ ਅਸੀਂ ਦੋਵੇਂ ਭਰਾ ਵੀਰ ਜੀ ਹੁਣਾਂ ਦੇ ਨਾਲ ਗੱਲ ਕਰਾਂਗੇ ਜੀ। ਵੀਰ ਜੀ ਸਭ ਤੋਂ ਪਹਿਲਾਂ ਤਾਂ ਸ਼ੁਭ ਨਾਮ ਦੱਸਿਆ ਜਾਏ ਅਤੇ ਕਿਹੜਾ ਪਿੰਡ ਆਪਣਾ ਜੀ? ਹਾਂਜੀ, ਆਪਣਾ ਜੀ ਨਾਮ ਬਲਦੇਵ ਸਿੰਘ ਆ ਅਤੇ ਨਿੱਕੇ ਵੀਰ ਦਾ ਨਾਂ ਅਰਜਨ ਸਿੰਘ ਆ ਅਤੇ ਅਸੀਂ ਸਰਹਾਲੀ ਪਿੰਡ ਦੇ ਰਹਿਣ ਵਾਲੇ ਹਾਂ। ਕਿਉਂਕਿ ਲੋਕ ਦੁਨੀਆ 'ਤੇ ਅਸੀਂ ਬੜੇ ਵੇਖੇ ਨੇ, ਕਿਸੇ ਦੇ ਨਾਮ ਪਿੱਛੇ ਸਿੱਧੂ ਲੱਗਦਾ, ਕਿਸੇ ਦੇ ਨਾਮ ਪਿੱਛੇ ਕੰਗ, ਕਿਸੇ ਦੇ ਨਾਮ ਪਿੱਛੇ ਕੁਝ ਲੱਗਦਾ, ਫਿਰ ਅਸੀਂ ਆਪਣੇ ਨਾਮ ਪਿੱਛੇ ਆਪਣੇ ਪਿੰਡ ਦਾ ਨਾਮ ਇਸ ਕਰਕੇ ਲਾਇਆ ਵੀ ਸਾਡੇ ਲੋਕ ਜਿਹੜੇ ਸਾਡੇ ਨਾਲ ਜਿਹੜੇ ਜੁੜੇ ਨੇ ਸਾਨੂੰ ਚਾਹੇ ਨਾ ਜਾਣਨ ਪਰ ਸਾਡੇ ਪਿੰਡ ਨੂੰ ਜ਼ਰੂਰ ਜਾਣਨ, ਤਾਂ ਕਰਕੇ ਅਸੀਂ ਆਪਣੇ ਨਾਮ ਦੇ ਪਿੱਛੇ ਬਲਦੇਵ ਸਿੰਘ ਸਰਹਾਲੀ ਅਤੇ ਨਿੱਕੇ ਵੀਰ ਦੇ ਨਾਮ ਪਿੱਛੇ ਅਰਜਨ ਸਿੰਘ ਸਰਹਾਲੀ ਪਿੰਡ ਦਾ ਨਾਮ ਇਸ ਕਰਕੇ ਲਾਇਆ ਜੀ। ਕਹਿੰਦਾ ਭਾਵ ਕਿ ਤੁਹਾਨੂੰ ਲੋਕ ਕਹਿਣਗੇ ਵੀ ਬਲਦੇਵ ਸਿੰਘ ਸਰਹਾਲੀ, ਤੁਹਾਡੇ ਨਾਲ ਤੁਹਾਡੇ ਪਿੰਡ ਦੀ ਪਹਿਚਾਣ ਵੀ ਹੋਵੇ। ਬਿਲਕੁਲ ਬਿਲਕੁਲ ਜੀ, ਇਹੀ ਗੱਲ ਆ ਅਤੇ ਤਾਂ ਕਰਕੇ ਅਸੀਂ ਆਪਣੇ ਨਾਮ ਦੇ ਪਿੱਛੇ ਪਿੰਡ ਦਾ ਨਾਮ ਲਾਇਆ। ਜੇਕਰ ਤੁਸੀਂ ਬੁਲਟ ਮੋਟਰਸਾਈਕਲ ਦੀ ਸਟੰਟ ਦੀ ਗੱਲ ਕਰੀਏ ਤਾਂ ਜੀ ਸ਼ੌਕ ਕਿਵੇਂ ਪੈਦਾ ਹੋਇਆ, ਪਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ। ਬੁਲਟ ਦਾ ਸ਼ੌਕ ਇੱਕ ਟਾਈਮ ਦੀ ਗੱਲ ਆ ਵੀ ਸਕੂਲ ਦੇ ਵਿੱਚ ਪੜ੍ਹਦਿਆਂ ਪੜ੍ਹਦਿਆਂ ਸਾਡੀ ਭੰਗੜਾ ਦੀ ਜਿਹੜੀ, ਮੈਂ ਭੰਗੜਾ ਸਿੱਖਦਾ ਸੀ ਸਕੂਲ ਵੇਲੇ, ਉਦੋਂ ਸਾਡੀ ਟੀਮ ਗਈ ਸੀ ਤਰਨ ਤਾਰਨ ਕਿਸੇ ਸਟੇਡੀਅਮ ਦੇ ਵਿੱਚ। ਅਸੀਂ 26 ਜਨਵਰੀ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਗਏ ਸੀ ਅਤੇ ਉੱਥੇ ਪਰੇਡ ਤੋਂ ਬਾਅਦ ਸਾਡੀ ਟੀਮ ਨੇ ਭੰਗੜਾ ਪਾਇਆ ਅਤੇ ਇਸ ਤੋਂ ਬਾਅਦ ਇੱਕ ਗੈਸਟ ਆਈਟਮ ਲਈ ਇੱਕ ਵੀਰ ਆਇਆ ਪਟਿਆਲੇ ਤੋਂ, ਪੁਲਿਸ ਦੇ ਵਿੱਚ ਸੀ ਵੀਰ, ਉਹਦਾ ਨਾਮ ਬੱਗਾ ਸਿੰਘ ਆ ਅਤੇ ਉਹਨੇ ਸਟੇਡੀਅਮ ਦੇ ਵਿੱਚ 2010 ਦੇ ਵਿੱਚ ਬੁਲਟ ਚਲਾਇਆ ਸੀ। ਬੁਲਟ ਦੇ ਉੱਪਰ ਖੜ ਕੇ ਉਹਨੇ ਨਾਲ ਤਿਰੰਗਾ ਫੜ ਕੇ ਚਲਾਇਆ ਸੀ ਅਤੇ 2010 'ਚ ਮੈਂ ਉਹਨਾਂ ਵੱਲ ਦੇਖ ਕੇ ਸੋਚਿਆ ਸੀ ਵੀ ਇਹ ਬਾਈ ਜੀ ਹੁਣੀ ਕਿਵੇਂ ਖੜ ਜਾਂਦੇ ਨੇ ਬੁਲਟ ਦੇ ਉੱਪਰ। ਅਤੇ ਇਸ ਤੋਂ ਬਾਅਦ 2012 'ਚ ਮੈਂ ਨਵੀਂ ਜਾਤ ਸਿੱਖੀ ਸੀ ਬੁਲਟ ਦੀ ਅਤੇ ਮੈਂ ਕਿਸੇ ਤੋਂ ਮੰਗਵਾਂ ਬੁਲਟ ਲਿਆ ਸੀ ਵੀ ਮੈਂ ਸ਼ਹਿਰ ਜਾਣਾ, ਮੈਨੂੰ ਬੁਲਟ ਦੇ ਦਿਉ, ਅਤੇ ਮੈਂ ਉਸ ਬੁਲਟ ਦੇ ਉੱਪਰ ਖੜ ਕੇ ਜਦੋਂ ਚਲਾਉਣਾ ਸ਼ੁਰੂ ਕੀਤਾ ਅਤੇ ਸ਼ੁਰੂ 'ਤੇ ਤਾਂ ਮੈਨੂੰ ਡਰ ਲੱਗਾ ਸੀ, ਜਿਹੜੀ ਸੱਚੀ ਗੱਲ ਆ। ਇਸ ਤੋਂ ਬਾਅਦ ਖੜਦਿਆਂ ਖੜਦਿਆਂ ਲੱਤਾਂ ਵੀ ਕੰਬਦੀਆਂ ਸੀ, ਫਿਰ ਇੱਕ ਦੋ ਦਿਨ ਦੇ ਵਿੱਚ ਪ੍ਰੈਕਟਿਸ ਕੀਤੀ, ਥੋੜ੍ਹਾ ਜਿਹਾ ਚੰਗਾ ਕੀਤਾ ਆਪਣੇ ਆਪ ਨੂੰ ਅਤੇ ਫਿਰ ਹੌਲੀ ਹੌਲੀ ਜਾ ਚਾਂਗੀ। ਜੇਕਰ ਗੱਲ ਕੀਤੀ ਜਾਵੇ ਸਟੰਟਾਂ ਦੀ, ਉਹ ਇੱਕ ਮੰਗਵਾਂ ਬੁਲਟ ਸੀ ਜੀ। ਹਾਂਜੀ ਜੀ, ਉਹ ਨਾ ਬੁਲਟ ਦਿੰਦਾ ਸ਼ਾਇਦ ਸ਼ੁਰੂਆਤ ਹੀ ਨਾ ਹੁੰਦੀ। ਹਾਂਜੀ ਇਹ ਵੀ ਗੱਲ, ਸ਼ੁਰੂਆਤ ਨਾ ਹੁੰਦੀ ਪਰ 2000 ਪਿੱਛੇ ਦੀ ਗੱਲ ਕਰੀਏ, 2010 'ਚ ਜਿਹੜਾ ਮੈਂ ਦੇਖਿਆ ਸੀ ਉਹ ਮੇਰੇ ਅੰਦਰ ਇੱਕ ਚੰਗਿਆੜੀ ਲੱਗੀ ਸੀ, ਮੇਰੇ ਅੰਦਰੋਂ ਮੇਰਾ ਆਪਣਾ ਆਪ ਆਵਾਜ਼ ਦੇ ਰਿਹਾ ਸੀ ਵੀ ਮੈਨੂੰ ਕੋਈ ਨਾ ਕੋਈ ਬੁਲਟ ਮਿਲੇ, ਕੋਈ ਨਾ ਕੋਈ ਮੋਟਰਸਾਈਕਲ ਮਿਲੇ, ਮੈਂ ਸ਼ੁਰੂਆਤ ਕਰਾਂ। ਅਤੇ ਜੇ ਉਹ ਮੋਟਰਸਾਈਕਲ ਸ਼ਾਇਦ ਨਾ ਮਿਲਦਾ ਤਾਂ ਕਿਸੇ ਹੋਰ ਦਾ ਮੋਟਰਸਾਈਕਲ ਲੈ ਕੇ ਸਟੰਟ ਕਰ ਦੇਣਾ ਸੀ, ਪਰ ਇਹੀ ਕੋਸ਼ਿਸ਼ ਸੀ ਵੀ ਆਪਣਾ ਸ਼ੌਂਕ ਨਹੀਂ ਸੀ ਮਰਨ ਦੇਣਾ। ਚਿੰਗਾਰੀ ਤੁਹਾਡੇ ਅੰਦਰ ਲੱਗ ਗਈ, ਪਰ ਤੇਲ ਤਾਂ ਉਸ ਬੁਲਟ ਮੋਟਰਸਾਈਕਲਾਂ ਨੇ ਪਾਤਾ ਨਾ, ਵੀ ਅੱਗ ਲਾਤੀ ਉਸ, ਫਿਰ ਵੀ ਸ਼ੌਂਕ ਨੂੰ ਵੱਡਾ ਕਰਤਾ ਉਹਨੇ। ਜੀ ਜੀ ਜੀ, ਉਹ ਜਿਹੜਾ ਮੈਂ ਬੁਲਟ ਮੋਟਰਸਾਈਕਲ ਦੇ ਉੱਪਰ ਜਿੱਥੇ ਮੈਂ ਸਟਾਰਟਿੰਗ 'ਤੇ ਜਿਹੜੇ ਮੋਟਰਸਾਈਕਲ ਦੇ ਉੱਪਰ ਖਲੋਤਾਂ ਅਤੇ ਉਹਨਾਂ ਦੇ ਨਾਲ ਸ਼ੌਂਕ ਮਿਲਿਆ ਕਿਉਂਕਿ ਮੈਨੂੰ ਨਵੀਂ ਨਵੀਂ ਮੋਟਰਸਾਈਕਲ ਦੀ ਜਾਂਚ ਆਈ ਸੀ ਅਤੇ ਇਵੇਂ ਕੋਈ ਮੋਟਰਸਾਈਕਲ ਦਿੰਦਾ ਵੀ ਨਹੀਂ ਸੀ ਛੇਤੀ ਕੀਤਿਆਂ,
ਤੇ ਬਸ ਉਸੇ ਸ਼ੌਂਕ ਨੇ ਉਸੇ ਸ਼ੁਰੂਆਤ ਨੇ ਜ਼ਿੰਦਗੀ ਦੇ ਵਿੱਚ ਹੋਰ ਨਵੇਂ ਨਵੇਂ ਰਸਤੇ ਬਣਾ ਦਿੱਤੇ। ਜੇਕਰ ਬੁਲਟ ਮੋਟਰਸਾਈਕਲ ਜਿਵੇਂ ਤੁਸੀਂ ਤੁਹਾਡੀ ਵੀਡੀਓ ਦੇਖੀਆਂ ਜੀ, ਤੁਸੀਂ ਦਫ਼ਤਰ ਫਜਾ ਰਹੇ ਹੋ ਜੀ, ਤੁਹਾਡੇ ਬ੍ਰਦਰ ਵੀ ਦਫ਼ਤਰ ਫਜਾ ਰਹੇ ਨੇ, ਹਾਂਜੀ, ਤੇ ਡਰ ਨਹੀਂ ਲੱਗਦਾ ਹੱਥ ਛੱਡ ਕੇ ਚਲਾਉਂਦੇ ਹੋ? ਹੱਥ ਛੱਡ ਕੇ ਚਲਾਇਆ, ਸ਼ੁਰੂ ਤੇ ਡਰ ਲੱਗਦਾ ਸੀ, ਪਰ ਇੱਕ ਗੱਲ ਕਰੀਏ ਵੀ ਹਰ ਇੱਕ ਕੰਮ ਆ ਜਿਹੜਾ ਸ਼ੁਰੂ ਦੇ ਵਿੱਚ ਬੜਾ ਔਖਾ ਲੱਗਦਾ, ਅਤੇ ਜਿਵੇਂ ਜਿਵੇਂ ਅਸੀਂ ਅੱਗੇ ਅੱਗੇ ਪਲਾਂਘਾਂ ਪੁੱਟਦੇ ਜਾਂਦੇ ਹਾਂ, ਜਿਵੇਂ ਜਿਵੇਂ ਅੱਗੇ ਆਪਾਂ ਤੁਰਦੇ ਜਾਂਦੇ ਹਾਂ, ਨਵੇਂ ਨਵੇਂ ਰਸਤੇ ਬਣਦੇ ਜਾਂਦੇ ਨੇ। ਇਹਦੇ ਵਿੱਚ ਵੀ ਸ਼ੁਰੂ ਤੇ ਸਾਨੂੰ ਟਫ ਲੱਗਦਾ ਸੀ, ਹੁਣ ਸਾਨੂੰ ਇੱਕ ਐਸਾ ਕਰੇਜ਼ ਪੈਦਾ ਹੁੰਦਾ, ਇੱਕ ਐਸਾ ਸ਼ੌਂਕ ਅੰਦਰੋਂ ਵੀ ਦਿਲ ਕਰਦਾ ਵਾ ਵੀ ਕਰੀ ਜਾਈਏ। ਜੇ ਅਸੀਂ ਹੁਣ ਆਨੰਦਪੁਰ ਸਾਹਿਬ ਵੀ ਜਾਈਦਾ ਤਾਂ ਬੁਲਟ ਦੇ ਉੱਪਰ ਖੜ ਕੇ ਜਾਈਦਾ, ਜੇ ਅਸੀਂ ਚੰਡੀਗੜ੍ਹ ਜਾਂਦੇ ਹਾਂ ਤਾਂ ਬੁਲਟ ਦੇ ਉੱਪਰ ਖੜ ਕੇ ਜਾਂਦੇ ਹਾਂ। ਅਸੀਂ ਦਿਨ ਰਾਤ ਦਾ ਕਦੇ ਵੀ ਬੁਲਟ ਸਟੰਟ ਕਰਦੇ ਟਾਈਮ ਕੋਈ ਫਰਕ ਨਹੀਂ ਰੱਖਿਆ। ਹੁਣ ਜੇ ਸਾਨੂੰ ਬੁਲਾਵਾ ਆ ਗਿਆ, ਸਾਨੂੰ ਕੰਮ ਪੈ ਗਿਆ ਵੀ ਅਸੀਂ ਅੰਮ੍ਰਿਤਸਰ ਜਾਣਾ, ਤਾਂ ਅਸੀਂ ਬੁਲਟ ਮੋਟਰਸਾਈਕਲ ਦੇ ਉੱਪਰ ਖੜ੍ਹ ਕੇ ਚਲੇ ਜਾਈਦਾ। ਜੇ ਸਾਨੂੰ ਰਾਤ 12-1 ਵਜ ਜਿਵੇਂ ਅੰਮ੍ਰਿਤਸਰ ਆਉਂਦੇ ਹਾਂ, ਸਾਡੇ ਮਨ ਦੇ ਦਿਲ ਦੀ ਆਵਾਜ਼ ਆਉਂਦੀ ਆ ਵੀ ਬੁਲਟ ਦੇ ਉੱਪਰ ਖੜ੍ਹ ਜਾਈਏ, ਅਤੇ ਅਸੀਂ ਰੋਡ ਦੇ ਉੱਪਰ ਰਾਤ ਵੀ ਖੜ੍ਹ ਜਾਂਦੇ ਸਟੰਟ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਸਟੰਟ ਕਰਦੇ ਹੋ ਬੁਲਟ ਮੋਟਰਸਾਈਕਲ ਤੇ, ਕਦੀ ਸੱਟ ਵੀ ਲੱਗੀ ਆ? ਹਾਂ, ਸ਼ੁਰੂ ਤੇ ਜਦ ਸਟਾਰਟਿੰਗ ਕੀਤੀ ਸੀ ਮੈਂ 2012 ਦੇ ਵਿੱਚ ਮੈਂ ਡਿੱਗਾ ਸੀ, ਉਦੋਂ ਮੋਢੇ ਦੇ ਉੱਪਰ ਸੱਟ ਲੱਗੀ ਸੀ, ਅਤੇ ਡਾਕਟਰਾਂ ਨੇ ਉਦੋਂ ਮੈਨੂੰ 2 ਮਹੀਨੇ ਬੈੱਡ ਰੈਸਟ ਕਰਨ ਲਈ ਕਿਹਾ ਸੀ, ਅਤੇ ਬੈੱਡ ਰੈਸਟ ਕਰਨ ਤੋਂ ਬਾਅਦ ਮੈਂ ਆਪਣੇ ਹੌਸਲਿਆਂ ਨੂੰ ਬੁਲੰਦੀ ਰੱਖਿਆ, ਅਤੇ ਇਵੇਂ ਇਵੇਂ ਲੁੱਕ ਕੇ ਘਰਦਿਆਂ ਤੋਂ ਵੀ ਮੈਂ ਕਰਦਾ ਰਿਹਾ ਦਿਨ ਰਾਤ ਪ੍ਰੈਕਟਿਸ ਬੁਲਟ ਦੇ ਉੱਪਰ। ਫਿਰ ਇਸ ਤੋਂ ਬਾਅਦ 2016 ਦੇ ਵਿੱਚ ਵੀ ਮੈਂ ਡਿੱਗਾ ਸੀ, ਉਦੋਂ ਗੋਡੇ ਰਗੜੇ ਗਏ ਸੀ। ਇਸ ਤੋਂ ਬਾਅਦ ਕਾਫੀ ਨਿੱਕੀਆਂ ਨਿੱਕੀਆਂ ਜ਼ਿੰਦਗੀ ਦੇ ਵਿੱਚ ਐਸੇ ਹਾਦਸੇ ਹੋਏ, ਨਿੱਕੀਆਂ ਨਿੱਕੀਆਂ ਗੱਲਾਂ ਹੋਈਆਂ ਵੀ ਉਹਦੇ ਕਾਰਨ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਮੰਨ ਕੇ ਚੱਲੀਏ ਕਹਿ ਵੀ ਸਕਦੇ ਹਾਂ ਵੀ ਜਿਵੇਂ ਲੋਕ ਵੀਰ ਭਰਾ ਆਉਂਦੇ ਨੇ ਫੋਟੋਆਂ ਖਿਚਾਉਣ ਦੇ ਲਈ, ਜਿਵੇਂ ਵੀਰ ਭਰਾ ਪਿਆਰ ਦਿੰਦੇ ਨੇ, ਵੀ ਸਾਨੂੰ ਵੀ ਇੱਕ ਐਸਾ ਹੁਣ ਵਧੀਆ ਸਟੇਜ ਪਰਫੋਰਮੈਂਸ ਮਿਲ ਗਈ ਆ ਵੀ ਜਿਹਦੇ ਨਾਲ ਅਸੀਂ ਹੁਣ ਪਰਫੈਕਟ ਬੁਲਟ ਸਟੰਟ ਕਰ ਲਈਦਾ, ਵੀ ਸਾਨੂੰ ਪਤਾ ਇੰਨਾ ਕੁ ਲੱਗ ਜਾਂਦਾ ਵਾ ਵੀ ਕਿਹੜੀ ਜਗ੍ਹਾ ਸਾਨੂੰ ਅੰਦਰ ਆਵਾਜ਼ ਦੇ ਦਿੰਦਾ ਵੀ ਹੁਣ ਸਟੰਟ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਇੱਕ ਅੰਦਰ ਦੀ ਸਾਡੀ ਸੈਂਸ ਸਾਨੂੰ ਦੱਸ ਦਿੰਦੀ ਆ ਵੀ ਹੁਣ ਠੀਕ ਆ, ਕੰਮ ਓਕੇ ਆ, ਹੁਣ ਨਹੀਂ ਡਰ ਲੱਗਦਾ। ਜਿਸ ਤਰ੍ਹਾਂ ਵੀਰ ਨਾ ਬੁਲਟ ਮੋਟਰਸਾਈਕਲ ਸਟੰਟ ਕਰਦੇ ਨਾ, ਇਹ ਵੀਰ ਜੀ ਨੇ ਇੱਕ ਗੱਲ ਤਾਂ ਨਹੀਂ ਦੱਸੀ, ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ, ਇਹ ਵੀਰ ਜੀ ਪੱਗ ਵੀ ਬੰਨ੍ਹਣੀ ਸਿਖਾਉਂਦੇ ਨੇ। ਪੰਜਾਬ ਵਿੱਚ ਦੀ ਗੱਲ ਆਵੇ ਤਾਂ ਗਾਇਕ ਸਿੱਧੂ ਮੂਸੇਵਾਲਾ ਦੀ ਗੱਲ ਨਾ ਆਵੇ ਤਾਂ ਹੋ ਨਹੀਂ ਸਕਦਾ। ਇਹ ਵੀਰ ਜੀ ਨੇ ਉਹਨਾਂ ਦੀ ਬਰਫੀ ਦੇ ਉੱਤੇ ਦਫ਼ਤਾਰਾਂ ਦਾ ਉੱਥੇ ਪ੍ਰਬੰਧ ਕੀਤਾ ਸੀ, ਜਿਹੜੇ ਲੋਕ ਦਫ਼ਤਰ ਸਜਾਉਣਾ ਚਾਹੁੰਦੇ ਸਨ ਉਹਨਾਂ ਦੇ ਦਫ਼ਤਰਾਂ ਵੀ ਬਣੀਆਂ ਸੀ। ਵੀਰ ਜੀ ਗਏ ਸੀ ਉੱਥੇ? ਹਾਂਜੀ ਹਾਂਜੀ, ਜਦੋਂ ਸਾਡਾ ਵੀਰ ਸਿੱਧੂ ਮੂਸੇਵਾਲਾ ਵੀਰ, ਉਹਦੀ ਗੱਲ ਕਰੀਏ ਵੀਰ ਦੀ, ਬੜੇ ਚੰਗੇ ਉਹਦੇ ਲਿਖੇ ਹੋਏ ਗੀਤ, ਅੱਜ ਕੱਲ੍ਹ ਜਿਵੇਂ ਦਿੱਲੀ ਧਰਨਿਆਂ ਤੋਂ ਬਾਅਦ ਦੀ ਗੱਲ ਕਰੀਏ ਤਾਂ ਉਸ ਵੀਰ ਦਾ ਕਾਫੀ ਨਾਮ ਸੀ, ਉਹਨੇ ਸਾਡੇ ਪੰਜਾਬ ਨੂੰ, ਸਾਡੀ ਪੰਜਾਬੀਅਤ ਨੂੰ ਕਾਫੀ ਉੱਚਾ ਚੱਕਣ ਵਿੱਚ, ਸਾਡੀ ਪੱਗ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਣ ਦੇ ਵਿੱਚ ਉਹ ਵੀਰ ਦਾ ਬੜਾ ਯੋਗਦਾਨ ਸੀ, ਅਤੇ ਸਾਡਾ ਵੀ ਫਰਜ਼ ਬਣਦਾ ਸੀ ਉਹਦੀ ਅੰਤਿਮ ਅਰਦਾਸ 'ਤੇ ਉੱਥੇ ਦਸਤਾਰਾਂ ਦਾ ਕੈਂਪ ਲਗਾਇਆ ਜਾਵੇ। ਕਿਉਂਕਿ ਤੁਸੀਂ ਇੱਕ ਚੀਜ਼ ਵੀਰ ਮੂਸੇਵਾਲੇ ਦੀ ਸੁਣੀ ਹੋਣੀ ਆ ਵੀ ਜੇ ਪੱਗ ਸਾਡੇ ਦਿਲ ਦੇ ਵਿੱਚ ਆ ਤਾਂ ਸਾਡੇ ਸਿਰ 'ਤੇ ਵੀ ਹੋਣੀ ਚਾਹੀਦੀ ਆ। ਤੁਸੀਂ ਇਹ ਚੀਜ਼ ਵੀਰ ਦੀ ਆਡੀਓ ਸੁਣੀ ਹੋਣੀ ਆ, ਬਸ ਉਸੇ ਚੀਜ਼ ਨੂੰ ਲੈ ਕੇ ਸਾਡੀ ਸਰਦਾਰੀਆਂ ਟਰੱਸਟ ਵੱਲੋਂ ਅਸੀਂ ਦਸਤਾਰ ਦਾ ਉੱਥੇ ਕੈਂਪ ਲਗਾਇਆ ਸੀ, ਅਤੇ ਬੜੇ ਚੜ੍ਹਦੀ ਕਲਾ ਦੇ ਨਾਲ ਵੀਰਾਂ ਨੇ ਸਿਰਾਂ ਦੇ ਉੱਪਰ ਦਸਤਾਰਾਂ ਸਜਾਈਆਂ, ਅਤੇ ਵੀਰਾਂ ਨੇ ਪ੍ਰਣ ਕੀਤਾ ਵੀ ਅਸੀਂ ਅੱਗੇ ਤੋਂ ਹਮੇਸ਼ਾ ਆਪਣੇ ਸਿਰ ਦੇ ਉੱਪਰ ਦਸਤਾਰ ਸਜਾਵਾਂਗੇ। ਸਾਨੂੰ ਵੀ ਚੰਗਾ ਲੱਗਦਾ ਇਹੋ ਜਿਹੀਆਂ ਜਗ੍ਹਾ ਦੇ ਉੱਪਰ ਜਾ ਕੇ ਜਿੱਥੇ ਵੀਰ ਪ੍ਰਣ ਕਰਦੇ ਨੇ ਵੀ ਅਸੀਂ ਕੇਸਾਧਾਰੀ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ। ਮੈਂ ਇੱਕ ਗੱਲ ਹੋਰ ਦੱਸ ਦੇਵਾਂ ਬਾਈ ਟੀਵੀ ਰਾਹੀਂ ਸਾਰੇ ਹੀ ਸਰੋਤਿਆਂ ਨੂੰ ਵੀ ਇਹ ਵੀਰ ਜੀ ਵਿਦੇਸ਼ ਰਹਿੰਦੇ ਨੇ, ਅਤੇ ਕੁਛ ਦਿਨਾਂ ਵਾਸਤੇ ਆਏ ਸੀ ਅਤੇ ਸਾਨੂੰ ਪਤਾ ਲੱਗਾ ਤਾਂ ਅਸੀਂ ਦਵਾਦਾ ਕੰਟੈਕਟ ਕਰਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਵੀਰ ਜੀ ਬੜੇ ਵਧੀਆ ਨਿਕਲੇ, ਉਹਨਾਂ ਨੇ ਹੁਣ ਟਾਈਮ ਦਿੱਤਾ, ਅਸੀਂ ਤੁਹਾਨੂੰ ਜਦ ਲਗਾਤਾਰ ਵਿਖਾ ਰਹੇ। ਇੱਕ ਵੀਰ ਜੀ ਸਾਡੇ ਨਾਲ ਹੋਰ ਨੇ ਜੋ ਇਹਨਾਂ ਦੇ ਬ੍ਰਦਰ ਨੇ। ਵੀਰ ਜੀ ਕੀ ਨਾਂ ਤੁਹਾਡਾ ਜੀ? ਅਰਜਨ ਸਿੰਘ ਸਰਹਾਲੀ। ਸਰਹਾਲੀ ਸਾਹਿਬ, ਸਰਹਾਲੀ ਸਾਹਿਬ ਕਿਵੇਂ ਸ਼ੌਂਕ ਪੈਦਾ ਹੋਇਆ ਫਿਰ? ਭਰਾ ਨੂੰ ਵੇਖ ਕੇ ਸ਼ੌਂਕ ਪੈਦਾ ਹੋਇਆ ਕਿ ਪਹਿਲੇ ਸ਼ੌਂਕ ਸੀ? ਨਹੀਂ, ਇਹ ਨਾਲ ਵੇਖ ਕੇ ਹੀ ਸ਼ੌਂਕ ਮਤਲਬ ਜਿਹੜਾ ਪੈਦਾ ਹੋਇਆ, ਇਹ ਕਰਦੇ ਸੀ ਅਤੇ ਬਾਅਦ ਵਿੱਚ ਹੌਲੀ ਹੌਲੀ ਮੈਂ ਤਾਂ ਉਦੋਂ ਨਿੱਕਾ ਸੀ, ਉਹ ਜਵਾਕਾਂ ਦੇ ਵਿੱਚ ਇੱਧਰ ਉੱਧਰ ਕਦੀ ਕੁਝ ਖੇਡ ਲਿਆ ਕਦੀ ਕੁਝ। ਫਿਰ 2016 ਦੇ ਵਿੱਚ ਜਦੋਂ ਕੰਪੀਟੀਸ਼ਨ ਹੋਇਆ ਦਸਤਾਰ ਦਾ, ਉਹਦੇ ਵਿੱਚ ਬੁਲਟ ਜਿੱਤਣ ਤੋਂ ਬਾਅਦ ਫਿਰ ਅਸੀਂ ਇਕੱਠੇ ਰਹਿਣਾ ਸ਼ੁਰੂ ਹੋਇਆ, ਸਾਡੀ ਜਿਹੜੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਸਾਡੀ ਇਕੱਠੀ ਹੋ ਗਈ ਸ਼ੁਰੂ। ਅਤੇ ਇਹ ਇਕੱਲੇ ਖਲੋਂਦੇ ਸੀ ਅਤੇ ਫਿਰ ਦਿਮਾਗ ਦੇ ਵਿੱਚ ਨਾ ਕੁਝ ਆਇਆ ਨਵਾਂ ਕਰਨ ਦਾ, ਕੁਝ ਸੋਚੀਏ। ਅਤੇ ਅਸੀਂ ਨਾ ਦੋ ਜਣੇ ਹੁੰਦੇ ਸਕੂਲ ਟਾਈਮ 'ਤੇ, ਇੱਕ ਮੁੰਡਾ ਹੁੰਦਾ ਮੇਰੇ ਨਾਲ ਹੋਰ, ਅਤੇ
ਉਹਨੂੰ ਤੇ ਚਲੋ ਅਸੀਂ ਬੱਲੀ ਬੱਲੀ ਕਰਕੇ ਜਾਣਦੇ ਆ ਤੇ ਅਸੀਂ ਨਾ ਉਹ ਸਾਈਕਲ ਤੇ ਖਲੋਂਦਾ ਇਕੱਲਾ। ਅੱਛਾ। ਸਾਈਕਲ ਤੇ ਉਹ ਕਾਠੀ ਮਗਰ ਵੱਡੀ ਨਹੀਂ ਹੁੰਦੀ ਤੇ ਉਹ ਖਲੋਤਾ ਤੇ ਅਸੀਂ ਸੋਚਿਆ ਚੱਲ ਇਕੱਠੇ ਖਲੋਨੇ ਹੁਣ ਤੇ ਅਸੀਂ ਦੋਵੇਂ ਜਣੇ ਸਾਈਕਲ ਤੇ ਖਲੋਤੇ ਤੇ ਉਸ ਨੂੰ ਮਤਲਬ ਉਹ ਤਕਨੀਕ ਨੂੰ ਲੈ ਕੇ ਅਸੀਂ ਇਹ ਬੁਲਟ ਤੇ ਅਪਣਾਈ ਆ। ਅਸੀਂ ਫਿਰ ਸੋਚਿਆ ਕਿ ਇਕੱਠੇ ਖਲੋ ਕੇ ਵੇਖੀਏ ਤੇ ਇਹ ਪਹਿਲਾਂ ਉੱਤੇ ਖਲੋਤੇ ਤੇ ਮਗਰ ਮੈਂ ਹਾਂ ਚੱਲ ਹੌਲੀ ਹੌਲੀ ਤੁਸੀਂ ਤਾਂ ਉਹ ਮੈਂ ਵੇਖਦਾ ਬੁਲਟ ਡੋਲਦਾ ਤਾਂ ਨਹੀਂ ਕਿਤੇ ਤੇ ਫਿਰ ਅਸੀਂ ਪਹਿਲਾਂ ਵੀ ਸੋਚਿਆ ਮਗਰਲਾ ਬੰਦਾ ਕਿਵੇਂ ਖੜਾ ਕਰਨਾ ਵਾ ਅਗਲਾ ਤਾਂ ਹੋ ਜਾਂਦਾ ਮਗਰਲਾ ਕਿਵੇਂ ਖੜਾ ਕਰਾਂਗੇ ਅਤੇ ਉਹ ਜਦੋਂ ਇਹ ਖਲੋਤੇ ਇਹਦੇ ਮੇਰੇ ਤੋਂ ਮਗਰ ਨਾ ਐਵੇਂ ਖਲੋਤਾ ਜਾਵੇ ਹੌਲੀ ਹੌਲੀ ਫਿਰ ਦਿਮਾਗ ਫਿਰ ਨਾ ਥੋੜ੍ਹਾ ਥੋੜ੍ਹਾ ਵਰਤਿਆ ਕਿਵੇਂ ਖਲੋਣਾ ਫਿਰ ਸ਼ੁਰੂਆਤ ਕੀਤੀ ਮੈਂ ਪਹਿਲਾਂ ਮਗਰ ਮੂੰਹ ਕਰਕੇ ਮੈਂ ਚੱਲ ਮਗਰ ਨੂੰ ਮੂੰਹ ਕਰਕੇ ਵੇਖੀ ਹੋਰ ਇੱਕ ਨਵਾਂ ਸਟੈਂਟ ਹੋ ਸਕਦਾ ਫਿਰ ਮੈਂ ਮਗਰ ਨੂੰ ਮੂੰਹ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਫਿਰ ਉੱਪਰ ਪਹਿਲਾਂ ਮੈਂ ਬੈਕ ਸਾਈਡ 'ਤੇ ਖਲੋਂਦਾ ਸੀ ਅਤੇ ਫਿਰ ਇਹ ਖਲੋਂਦੇ ਹੌਲੀ ਹੌਲੀ ਫਿਰ ਐਵੇਂ ਸ਼ੁਰੂ ਕੀਤਾ ਖਲੋਣਾ ਲੱਤਾਂ ਵੀ ਕਾਫੀ ਅੰਬਦੀਆਂ ਸੀ ਕਦੀ ਬੈਲੈਂਸ ਵਿਗੜ ਜਾਂਦਾ ਅਤੇ ਐਵੇਂ ਫਿਰ ਹੌਲੀ ਹੌਲੀ ਮਤਲਬ ਸ਼ੁਰੂ ਹੋ ਗਿਆ ਖਲੋਣਾ। ਮੋਟਰਸਾਈਕਲ ਲਿਆ ਕਿ ਜਿੱਤਿਆ? ਮੋਟਰਸਾਈਕਲ ਇਹ ਬੁਲਟ ਜਿਹੜਾ ਵਾ ਇਹ ਦਸਤਾਰ ਦੇ ਵਿੱਚ 2016 ਦੇ ਵਿੱਚ ਸਾਡੇ ਦੋਵਾਂ ਭਰਾਵਾਂ ਦਾ ਜਿਹੜਾ ਕੰਪੀਟੀਸ਼ਨ ਉਹ ਟਾਈ ਅਪ ਹੋ ਗਿਆ ਸੀ ਅਤੇ ਉਸ ਕੰਪੀਟੀਸ਼ਨ ਦੇ ਵਿੱਚ 1140 ਦੇ ਕਰੀਬ ਬੱਚੇ ਸੀ ਪੂਰੀ ਇੰਡੀਆ ਦੇ ਵਿੱਚ ਕੋਈ ਛੱਤੀਸਗੜ੍ਹ ਕੋਈ ਬੰਬੇ ਤੋਂ ਹੋਰ ਵੀ ਕਾਫੀ ਜਗ੍ਹਾ ਤੋਂ ਆਏ ਸੀ ਅਤੇ ਉੱਥੇ ਮਤਲਬ ਸਾਡੀਆਂ ਇੱਕੋ ਜੈਸੀਆਂ ਦਸਤਾਰਾਂ ਸੀ ਅਤੇ ਉਹਨਾਂ ਨੇ ਵੇਖਿਆ ਕਿਹਦੀ ਆ ਨਾ ਪੁਜੀਸ਼ਨ ਕਰੀਏ ਉਹ ਵੇਖਦੇ ਰਹੇ ਫਿਰ ਉਹਨਾਂ ਨੇ ਫਿਰ ਸੋਚ ਇਹਨਾਂ ਨੇ ਨਾਮ ਵੇਖਿਆ ਸਾਡੇ ਫਾਦਰ ਸਾਹਿਬ ਦਾ ਨਾਮ ਪਿੰਡ ਦਾ ਨਾਮ ਵੇਖਿਆ ਅਤੇ ਉਹਨਾਂ ਨੇ ਵੇਖਿਆ ਤੁਸੀਂ ਇੱਕੋ ਪਿੰਡ ਦੇ ਅਸੀਂ ਫਿਰ ਹਾਂਜੀ ਦੱਸਿਆ ਹਾਂਜੀ ਇੱਕੋ ਪਿੰਡ ਦੇ ਅਤੇ ਉਹਨਾਂ ਨੇ ਫਿਰ ਅਸੀਂ ਫਿਰ ਆਪਸ 'ਚ ਦੱਸਿਆ ਆਖਿਆ ਜਿਹਨੂੰ ਤੁਸੀਂ ਬੁਲਟ ਦੇਣਾ ਚਾਹੁੰਦੇ ਹੋ ਉਹਦਾ ਤੁਸੀਂ ਨਾਂ ਅਨਾਊਂਸ ਕਰ ਦਿਉ। ਦਫ਼ਤਾਰ ਦਾ ਮੁਕਾਬਲਾ ਹੋਇਆ ਦੋਵੇਂ ਭਰਾਵਾਂ ਨੇ ਹਿੱਸਾ ਲਿਆ ਅਤੇ ਦੋਵੇਂ ਭਰਾ ਹੀ ਜੇਤੂ ਰਹੇ। ਹਾਂਜੀ ਦੋਵੇਂ ਭਰਾ ਹੀ ਇਹਦੇ ਵਿੱਚ ਮਤਲਬ ਜੇਤੂ ਜੇ ਕੋਈ ਇੱਕ ਜਿੱਤਦਾ ਤਾਂ ਵੀ ਘਰ ਆਉਣਾ ਸੀ ਜੇ ਦੋਵੇਂ ਜਿੱਤਦੇ ਤਾਂ ਵੀ ਤਾਂ ਉਹਨਾਂ ਨੇ ਫਿਰ ਇੱਕ ਦਾ ਅਨਾਊਂਸ ਕਰਤਾ ਨਾਮ। ਹਾਂਜੀ ਇਹ ਮੋਟਰਸਾਈਕਲ ਉਸ ਮੁਕਾਬਲੇ ਦੇ ਵਿੱਚ ਜਿੱਤਿਆ ਹੋਇਆ ਹੈ। ਹਾਂਜੀ ਉਸ ਮੁਕਾਬਲੇ ਦੇ ਵਿੱਚ ਦਸਤਾਰ ਸਜਾਉਣ ਦੇ ਵਿੱਚ ਉਹਦੇ ਵਿੱਚ ਦਸਤਾਰ 40 ਪੇਜਾਂ ਵਾਲੀ ਉਹਦੇ ਵਿੱਚ ਦਸਤਾਰ ਸਜਾਈ ਸੀ ਆਹ ਜਿਹੜੀ ਦਸਤਾਰ ਸੇਮ ਇਹੀ ਕਲਰ ਅਤੇ ਮੈਂ ਜਿਸ ਤਰ੍ਹਾਂ ਤੁਹਾਡੀ ਵੀਡੀਓ ਵੇਖ ਰਿਹਾ ਸੀ ਤੁਸੀਂ ਬੁਲਟ ਦੇ ਮਗਰ ਬੈਠ ਕੇ ਪੱਗ ਬੰਨਦੇ ਪਏ ਹੋ ਉਹ ਕਿੰਨੇ ਮੀਟਰ ਦੀ ਪੱਗ ਜਿਹੜੀ ਬੰਨੀ ਬੁਲਟ ਮਗਰ ਬਹਿ ਕੇ? ਹਾਂਜੀ ਉਹ ਜਿਹੜੀ ਵੀਡੀਓ ਆ ਉਹ ਕੁਝ ਸਮੇਂ ਤੱਕ ਆਪਣੇ ਆਪ ਦੋਸਤਾਂ ਸਾਹਮਣੇ ਉਹ ਲਿਆਵਾਂਗੇ ਉਹ ਆਪਣੀ ਗਿਨੀਜ਼ ਵਰਲਡ ਰਿਕਾਰਡ ਦੀ ਵੀਡੀਓ ਆ ਉਹ ਅਜੇ ਲੀਕ ਨਹੀਂ ਕੀਤੀ ਉਹਦੇ ਵਿੱਚ ਬੈਕ ਸਾਈਡ 'ਤੇ ਬੈਠ ਕੇ ਮੈਂ ਤਾਂ 1 ਮਿੰਟ ਅਤੇ 58 ਸੈਕਿੰਡਾਂ ਦੇ ਵਿੱਚ 30 ਮੀਟਰ ਦਾ ਜਿਹੜਾ ਦੁਮਾਲਾ ਸਜਾਇਆ ਇਹਨਾਂ ਨੇ 16 ਮੀਟਰ ਦੀ ਜਿਹੜੀ ਦਸਤਾਰ ਪੌੜੀ ਦੇ ਉੱਪਰ ਖੜ੍ਹ ਕੇ ਜਿਹੜੀ ਸਜਾਈ ਬੁਲਟ ਦੇ ਉੱਪਰ ਅਤੇ ਉਹ ਵੀ ਵੀਡੀਓ ਕੁਝ ਸਮੇਂ ਤੱਕ ਤੁਹਾਡੇ ਰੂਬਰੂ ਮਤਲਬ ਕਹਿ ਸਕਦੇ ਵੀ ਅਸੀਂ ਆਪਣੇ ਸਰੋਤ ਨੂੰ ਇਹ ਦੱਸ ਸਕਦੇ ਹਾਂ ਉਹ ਜਿਹੜੀ ਵੀਡੀਓ ਨਾ ਫਿਲਹਾਲ ਗੁਪਤ ਰੱਖੀ ਗਈ ਹੈ ਕਿਉਂਕਿ ਉਹ ਉਸ ਜਗ੍ਹਾ ਦੇ ਉੱਤੇ ਨਾਮ ਦਰਜ ਕਰਾਇਆ ਹੋਇਆ ਜਿੱਥੋਂ ਦਾ ਲੋਕ ਸੁਪਨਾ ਸੋਚਦੇ ਨੇ। ਵੀਰ ਜੀ ਸਟੰਟ ਕਰਦੇ ਹਾਂ ਕਦੀ ਤੁਹਾਡੇ ਨਾਲ ਕੋਈ ਹਾਦਸਾ ਵਾਪਰਿਆ ਹੋਵੇ ਜਾਂ ਪਰਿਵਾਰ ਮੈਂਬਰ ਨੇ ਕਦੀ ਗੁੱਸੇ ਨਹੀਂ ਹੋਏ ਪਰਿਵਾਰਕ ਮੈਂਬਰ ਕੀ ਕਿਹੜੇ ਪੰਗੇ ਪਏ ਯਾਰ ਤੁਸੀਂ ਸੱਟ ਪੇਟ ਲਵਾ ਲਓਗੇ ਮੰਜੀ 'ਤੇ ਪੈ ਜਾਓਗੇ? ਇਹ ਨਾ ਐਵੇਂ ਜਦੋਂ ਅਸੀਂ ਸਟੰਟ ਕਰਦੇ ਹਾਂ ਅਤੇ ਸਾਨੂੰ ਵੀ ਨਹੀਂ ਪਤਾ ਇਹ ਘਰੇ ਕੌਣ ਦੱਸ ਦਿੰਦਾ ਵਾ ਰਸਤੇ 'ਚ ਜਾਂਦੇ ਨੇ ਕਿਸੇ ਨੇ ਵੱਡੇ ਭਰਾ ਨੂੰ ਫੋਨ ਲਾਤਾ ਦੋਵੇਂ ਅੱਜ ਜਾਣਦੇ ਫਿਰ ਬੁਲਟ ਦੇ ਖਲੋਤੇ ਅਤੇ ਇੰਝ ਵਾਹਵਾ ਰੋਕ ਟੋਕ ਹੁੰਦੀ ਅਤੇ ਫਿਰ ਉਹਨਾਂ ਨੇ ਸੋਚਿਆ ਇਹਨਾਂ ਨੂੰ ਹੁਣ ਮਤਲਬ ਹੁਣ ਇਹਨਾਂ ਨੂੰ ਕਿਵੇਂ ਸਮਝਾਈਏ ਨਹੀਂ ਹਟਦੇ ਚਲੋ ਇਹਨਾਂ ਨੂੰ ਇਸ ਰਾਹ 'ਤੇ ਨਾ ਚੱਲਣ ਦੇ ਆ ਉਹਨਾਂ ਨੂੰ ਪਤਾ ਅਸੀਂ ਸੇਫਟੀ ਰੱਖਦੇ ਹਾਂ ਅਸੀਂ ਆਪਣੀ ਸੇਫਟੀ ਦਾ ਪਹਿਲਾਂ ਧਿਆਨ ਰੱਖਦੇ ਫਿਰ ਸਟੰਟ ਕਰੀਦੇ ਆ ਕਿਉਂਕਿ ਸਾਨੂੰ ਪਤਾ ਵਾ ਕਿਹੜੀ ਸਪੀਡ ਤੋਂ ਅਸੀਂ ਥੱਲੇ ਜੇ ਕੋਈ ਗੜਬੜੀ ਹੁੰਦੀ ਆ ਤਾਂ ਅਸੀਂ ਕਿਹੜੀ ਸਪੀਡ 'ਤੇ ਥੱਲੇ ਛਾਲ ਮਾਰ ਸਕਦੇ ਹਾਂ ਅਤੇ ਕੁਝ ਸਮਾਂ ਮਤਲਬ ਜਦੋਂ ਅਸੀਂ ਕੁਝ ਨਵਾਂ ਨਵਾਂ ਕਰਨ ਦਾ ਜਦੋਂ ਸੋਚਿਆ ਅਤੇ ਅਸੀਂ ਸੋਚਿਆ ਚੱਲ ਕੋਈ ਅੱਜ ਸਿੰਗਲ ਜਾਣਾ ਖਲੋ ਰਿਹਾ ਵਾ ਅਤੇ ਇਹ ਤਾਂ ਕਾਪੀ ਮਾਰ ਜੂਗਾ ਕੋਈ ਅਤੇ ਫਿਰ ਅਸੀਂ ਸੋਚਿਆ 2 ਜਣੇ ਖਲੋਈਏ ਅਤੇ ਫਿਰ 2 ਜਣੇ ਖਲੋਤੇ 2 ਜਣੇ ਖਲੋਣ ਤੋਂ ਬਾਅਦ ਨਾ ਫਿਰ ਸਾਡੇ ਮਨ ਦੇ ਵਿੱਚ ਆਇਆ ਇਹ 2 ਜਣਿਆਂ ਦਾ ਜੇ ਕਿਸੇ ਨੇ ਕਰਤਾ ਤਾਂ ਫਿਰ ਅਸੀਂ ਕੀ ਕਰਾਂਗੇ ਅਤੇ ਅਸੀਂ ਫਿਰ ਇੱਕ ਫਿਰ ਸ਼ੀਟ ਦੇ ਉੱਪਰ 5 ਜਣੇ ਖਲੋਣੇ ਸ਼ੁਰੂ ਕਰਤੇ ਅਤੇ ਇੱਕ ਪਹਿਲਾਂ ਇਹ ਉਸਤਾਦ ਜੀ ਪਹਿਲਾਂ ਟੈਂਕੀ ਦੇ ਉੱਪਰ ਖਲੋਂਦੇ ਸੀ ਅਤੇ 3 ਜਣੇ ਸ਼ੀਟ 'ਤੇ ਅਤੇ ਇੱਕ ਜਿਹੜਾ ਮਗਰ ਜਿਹੜਾ ਲਾਈਟ ਵਾਲਾ ਨਹੀਂ ਹੁੰਦਾ ਉਹਦੇ ਉੱਪਰ ਬੈਠ ਜਾਂਦਾ ਅਤੇ ਅਸੀਂ ਇੰਝ ਖਲੋਤੇ ਅਤੇ ਇੱਕ ਦਾ ਵੀ ਬੈਲੈਂਸ ਜਦੋਂ ਵਿਗੜਦਾ ਨਾ ਉਦੋਂ ਸਾਰਾ ਕੰਮ ਖਰਾਬ ਹੋ ਜਾਂਦਾ ਵਿਚਲੇ ਦੋਵਾਂ ਦਾ ਬੈਲੈਂਸ ਜਿਹੜਾ ਵਿਗੜ ਗਿਆ ਸੀ ਅਤੇ ਮੈਂ ਐਂਡ ਦੇ ਉੱਪਰ ਸੀ ਪਹਿਲਾਂ ਤਾਂ ਬੁਲਟ ਜਾ ਰਿਹਾ ਹੈ ਨਾ 40 ਦੀ ਸਪੀਡ 'ਤੇ ਡਿੱਗਦਾ ਮੈਂ ਪਰ ਇੰਝ ਡਿੱਗਾਂ ਅਤੇ ਉੱਥੇ ਵਾਹਵਾ ਨਾ ਰਗੜਾ ਲੱਗੀਆਂ ਮੇਰੇ ਅਤੇ ਇਹਨਾਂ ਨੇ ਦੂਜਿਆਂ ਦਾ ਬਚਾਅ ਕਰਨ ਵਾਸਤੇ ਇਹਨਾਂ ਨੇ ਹੌਲੀ ਹੌਲੀ ਜਿਹੜਾ ਬੁਲਟ ਨੂੰ ਕੰਟਰੋਲ ਕੀਤਾ ਅਤੇ ਇਹਨਾਂ ਨੇ ਥੱਲੇ ਕੱਚੇ ਲਾਇਆ ਉੱਥੇ ਜਾ ਕੇ ਫਿਰ ਬੁਲਟ ਸੁੱਟਣਾ ਪੈਣਾ ਅਤੇ ਉੱਥੇ ਫਿਰ ਡਿੱਗੇ ਕੁਝ ਇਹਨਾਂ ਦੀ ਫਿਰ ਡਿਕਸ ਜਿਹੜੀ ਆ ਉਹ ਥੋੜ੍ਹੀ ਜਿਹੀ ਹਿੱਲੀ ਸੀ ਹੁਣ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਸੈੱਟ ਆ ਅਤੇ ਸਾਨੂੰ ਜਦੋਂ ਅਸੀਂ ਫਿਰ ਆਪਣੇ ਸਰੀਰ ਵੱਲ ਕੇਸਾਂ ਦੇ ਵਿੱਚੋਂ ਨਾ ਸਾਡੇ 2-3 ਦਿਨਾਂ ਬਾਅਦ ਸਾਡੇ ਕੇਸਾਂ ਦੇ ਵਿੱਚ ਭਖੜੇ ਨਿਕਲੇ ਜਿਹੜੇ ਕੰਢੇ ਨਹੀਂ ਹੁੰਦੇ ਉਹ ਨਿਕਲੇ ਉਹ ਜਦੋਂ ਅਸੀਂ ਡਿੱਗਣ ਤੋਂ ਬਾਅਦ ਸਾਨੂੰ ਪਤਾ ਚੱਲਿਆ ਇੰਝ ਸੱਟਾਂ ਵੀ ਕਾਫੀ ਲੱਗੀਆਂ ਵਾ ਕਈ ਵਾਰੀ ਤਾਂ ਮੈਨੂੰ ਤਾਂ ਆਪਣੀ ਵੀਡੀਓ ਵੇਖ ਕੇ ਕਈ ਵਾਰੀ ਡਰ ਲੱਗਦਾ ਮੈਨੂੰ
ਜਿਸ ਤਰ੍ਹਾਂ ਤੁਸੀਂ ਸਟੈਂਡ ਕਰਨਾ ਸ਼ੁਰੂ ਕੀਤਾ, ਹਾਂਜੀ, ਜਦੋਂ ਘਰ ਗਏ ਮਾਤਾ ਪਿਤਾ ਨੂੰ ਕਿਸੇ ਨੇ ਦੱਸਿਆ ਹੋਵੇਗਾ ਅੱਜ ਫਿਰ ਕੋਈ ਚੰਦ ਚਾੜਦੇ ਪਏ ਨੇ ਮੋਟਰਸਾਈਕਲ 'ਤੇ ਬੈਠੇ ਨੇ, ਅਤੇ ਘਰ ਜਦੋਂ ਆਏ ਫਿਰ ਕਿਵੇਂ ਦਾ ਮਾਹੌਲ ਸੀ? ਬਾਪੂ ਨੇ ਡਾਂਗ ਡੂੰਗ ਫੜੀ ਕੇ ਬਚਾ ਉਂਝ ਬਚਾ ਹੋ ਗਿਆ? ਨਹੀਂ ਨਹੀਂ, ਉਹ ਐਵੇਂ ਡਾਂਗ ਡੂੰਗ ਫੜਨ ਵਾਲੇ ਨਹੀਂ, ਉਹ ਬਸ ਪਿਆਰ ਨਾਲ ਸਮਝਾਉਂਦੇ, ਅਤੇ ਉਹਨਾਂ ਨੂੰ ਪਤਾ ਹੁਣ ਇਹਨਾਂ ਨੇ ਇਹ ਵਧੀਆ ਕਰਦੇ ਆ ਚਲੋ ਨਾ, ਅਤੇ ਉਹਨਾਂ ਨੇ ਫਿਰ ਟੋਕਣਾ ਨਹੀਂ, ਉਹਨਾਂ ਨੇ ਮਤਲਬ ਫਿਰ ਪਿਆਰ ਦੇਣਾ ਸ਼ੁਰੂ ਕਰਤਾ। ਮਤਲਬ ਡਾਂਟਿਆ ਜ਼ਰੂਰ ਪਰ ਪਿਆਰ ਨਾਲ ਡਾਂਟਿਆ? ਹਾਂਜੀ, ਅਤੇ ਮਤਲਬ ਉਦੋਂ ਚਲੋ ਅਸੀਂ ਖਲੋਂਦੇ ਸੀ, ਅਤੇ ਹੁਣ ਜਦੋਂ ਮਾਤਾ ਵੀ ਸਾਡੇ ਥੋੜ੍ਹੀ ਜਣਾ ਇਹ ਪਿੱਛੇ ਚੜ੍ਹਾਈ ਕਰ ਗਏ ਮਾਤਾ, ਅਤੇ ਉਹ ਤੋਂ ਪਹਿਲਾਂ ਥੋੜ੍ਹਾ ਜਿਹਾ ਮਤਲਬ ਬੁਲਟ ਦਾ ਸਾਡਾ ਥੋੜ੍ਹਾ ਜਿਹਾ ਹੁੰਦਾ ਸੀ, ਹੁਣ ਪਤਾ ਨਹੀਂ ਕੁਝ ਐਸੀ ਜਿਹੜੀ ਸ਼ਕਤੀ ਇੱਕ ਹਿਸਾਬ ਦੀ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ, ਹੁਣ ਥੋੜ੍ਹਾ ਜਿਹਾ ਸਾਡੇ ਨਾਲ ਕੋਈ ਐਸੀ ਚੀਜ਼ ਰਹਿੰਦੀ ਆ ਜਿਹਦੇ ਨਾਲ ਸਾਨੂੰ ਕੋਈ ਮਤਲਬ ਉਹ ਹੁੰਦਾ, ਡਰ ਨਹੀਂ ਹੁੰਦਾ ਸਾਨੂੰ, ਇਹ ਹੁਣ ਮਹਿਸੂਸ ਹੁੰਦਾ ਵਾ ਸਾਡੇ ਨਾਲ ਕੋਈ ਬੁਲਟ ਚਲਾ ਰਿਹਾ ਵਾ ਸਾਡਾ। ਜਦੋਂ ਭਰਾ ਨੇ ਗੁੱਸੇ ਤਾਂ ਨਹੀਂ ਵੱਡਾ ਵੀ ਤੁਸੀਂ ਅੱਜ ਫਿਰ ਮੋਟਰਸਾਈਕਲ ਚਲਾਉਣ ਦੇ ਤੁਹਾਨੂੰ ਕਿਹਾ? ਉਹ ਹੁਣ ਉਹ ਬਸ ਹੁਣ ਉਹ ਨਹੀਂ ਹੁਣ ਕੁਝ ਵੀ ਆਉਂਦੇ ਸਟਾਰਟਿੰਗ ਤੇ ਗਿਆ ਕਰੇ? ਨਹੀਂ ਨਹੀਂ, ਉਦੋਂ ਫਿਰ ਬਸ ਨਾ ਥੋੜ੍ਹਾ ਜਿਹਾ ਡਾਂਟਿਆ ਤੇ ਕੀ ਕਰਨਾ ਤੁਸੀਂ, ਇਹੋ ਕਰਨਾ ਜਾਂ ਹੁਣ ਬੰਦ ਕਰਨੇ ਸਟੰਟ, ਅਤੇ ਫਿਰ ਅਸੀਂ ਆਖਿਆ ਇਹੋ ਕਰਨੇ ਸਟੰਟ ਕਰਾਂਗੇ, ਨਾਲ ਨਾਲ ਹੋਰ ਵੀ ਜਿਹੜੇ ਮਹਾਰਾਜ ਨੇ ਗੁਣ ਬਖਸ਼ੀ ਉਹਨਾਂ ਨੂੰ ਉਹਦੇ ਵਿੱਚ ਵਾਧਾ ਕਰਾਂਗੇ। ਇਹ ਵੀਰ ਨੇ ਜਿਹੜੇ ਬੁਲਟ ਮੋਟਰਸਾਈਕਲ ਤਾਂ ਸਟੈਂਡ ਕਰਦੇ, ਪਰ ਅਸੀਂ ਆਪਣੇ ਸਰੋਤਿਆਂ ਨੂੰ ਅਪੀਲ ਕਰਾਂਗੇ ਵੀ ਤੁਸੀਂ ਜਿਸ ਤਰ੍ਹਾਂ ਇਹ ਬੁਲਟ ਦੇ ਸਟੈਂਡ ਕਰਦੇ ਨੇ ਇਹਨਾਂ ਨੂੰ ਵੇਖ ਕੇ ਕੋਈ ਇਸ ਤਰ੍ਹਾਂ ਦਾ ਸਟੈਂਡ ਨਾ ਕਰੋ, ਕਿਉਂਕਿ ਇਹ ਪ੍ਰੋਫੈਸ਼ਨਲ ਨੇ, ਇਹਨਾਂ ਨੇ ਉਹਦੇ ਦੇ ਮਹਾਰਤ ਹਾਸਲ ਕੀਤੀ ਹੋਈ ਹੈ। ਵੀਰ ਜੀ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਜੋ ਸਟੈਂਡ ਕਰਨ ਦੀ ਕੋਸ਼ਿਸ਼ ਤਾਂ ਕਰਦੇ ਨੇ ਪਰ ਕਈ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ? ਜੀ, ਮੈਂ ਇਸ ਚੀਜ਼ ਬਾਰੇ ਇਹੀ ਕਹਿਣਾ ਚਾਹਾਂਗਾ, ਦੇਖਣ ਦੇ ਵਿੱਚ ਵੀਰ ਜੀ ਬੜਾ ਵਧੀਆ ਲੱਗਦਾ ਵਾ ਵੀ ਸਟੰਟ ਕਰਨੇ ਸੌਖੇ ਨੇ, ਦੇਖਣ ਜਿਵੇਂ ਲੱਗਦਾ ਵਾ ਵੀ ਜਿਵੇਂ ਅਸੀਂ ਕਰ ਹੀ ਲੈਣੇ ਆ ਸਾਰੇ ਸਟੰਟ, ਪਰ ਇਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਗੱਲ ਕਹਿਣੀ ਚਾਹਾਂਗੇ ਵੀ ਜੇ ਸਾਡਾ ਪਿਛੋਕੜ ਦੇਖਿਆ ਜਾਵੇ, ਪਿਛਲਾ ਟਾਈਮ ਦੇਖਿਆ ਜਾਵੇ ਵੀ ਜਿਸ ਟਾਈਮ ਦੇ ਵਿੱਚ ਅਸੀਂ ਮਿਹਨਤ ਕੀਤੀ ਹੈ, ਦਿਨ ਰਾਤ ਇੱਕ ਕੀਤਾ, ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਕੋਈ ਇਹ ਇੱਕ ਦੋ ਦਿਨ ਦੀ ਖੇਡ ਨਹੀਂ ਹੈ, ਪਿਛਲੇ ਸਾਨੂੰ 10-11 ਸਾਲ ਹੋ ਚੁੱਕੇ ਨੇ ਸਾਨੂੰ ਸਟੰਟ ਕਰਦਿਆਂ, ਤਾਂ ਜਾ ਕੇ ਹੁਣ ਸਾਡੇ ਇਸ ਗੁਣ ਦੇ ਵਿੱਚ ਵਾਧਾ ਹੋਇਆ, ਅਤੇ ਜਿਨ੍ਹਾਂ ਵੀਰਾਂ ਭਰਾਵਾਂ ਨੇ ਸਟੰਟ ਕਰਨਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਵੀਡੀਓ ਦੇਖ ਕੇ ਪਲੀਜ਼ ਸਾਰੇ ਵੀਰ ਇਸ ਚੀਜ਼ ਲਈ ਪਹਿਲ ਨਾ ਦਿਓ ਵੀ ਇੱਕਦਮ ਅਸੀਂ ਸਟੰਟ ਬੁਲਟ ਮੋਟਰਸਾਈਕਲ ਦੇ ਉੱਪਰ ਕਰ ਲਵਾਂਗੇ। ਜੇ ਕਿਸੇ ਨੇ ਕਰਨੇ ਨੇ ਤਾਂ ਸੇਫਟੀ ਆਪਣੇ ਸਾਰੇ ਚੀਜ਼ਾਂ ਨੂੰ ਸਰੀਰ ਦੇ ਅੰਗਾਂ ਨੂੰ ਵਧੀਆ ਸੇਫ ਰੱਖ ਕੇ ਤੁਸੀਂ ਕਰ ਸਕਦੇ ਹੋ ਸਟੰਟ, ਪਰ ਸਾਵਧਾਨੀ ਜ਼ਰੂਰੀ ਆ, ਇਹਦੇ ਪਿੱਛੇ ਤੁਹਾਨੂੰ ਪ੍ਰੈਕਟਿਸ ਕਰਨ ਦੀ ਬਹੁਤ ਲੋੜ ਆ, ਤੋ ਬਚਾਅ ਆਪਣਾ ਆਪ ਕਰਕੇ ਜੇ ਕਿਸੇ ਨੇ ਕਰਨੇ ਆ ਉਹ ਕਰ ਸਕਦਾ ਜੀ। ਅਸੀਂ ਅਪੀਲ ਕਰਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਵੀ ਸਟੰਟ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੇਫ ਜ਼ਰੂਰ ਕਰੋ ਪਹਿਲੀ ਗੱਲ, ਅਤੇ ਕੋਸ਼ਿਸ਼ ਨਾ ਕਰੋ ਜੇ ਕਰਨੀ ਆ ਤਾਂ ਕਿਸੇ ਮਹਾਰਤ ਰੱਥੀ ਦੇ ਕੋਲੋਂ ਜਾ ਕੇ ਪਹਿਲਾਂ ਕੁਛ ਦਿਨ ਵਾਸਤੇ ਟ੍ਰੇਨਿੰਗ ਜ਼ਰੂਰ ਲਵੋ। ਕੈਮਰਾਮੈਨ ਦੇ ਨਾਲ ਵਿਸ਼ਾਲ ਕੁਮਾਰ, ਤਰਨ ਤਾਰਨ।